ਇਹ ਕੋਆਪਰੇਟਿਵ ਮਿਲ ਹੈ ਇਹ 25 ਰੁਪਏ ਗਾਜ਼ ਜ਼ਮੀਨ ਸਾਡੇ ਲੋਕਾਂ ਨੇ ਇੱਥੇ ਦਿੱਤੀ ਸੀ ਉਸ ਵੇਲੇ ਕਿ ਸਾਡੇ ਇਲਾਕੇ ਦਾ ਵਿਕਾਸ ਹੋਊਗਾ ਤੇ ਇਸ ਤੋਂ ਬਿਨਾ 5-5000 ਰੁਪਏ ਬੀਡੀ ਸੌਪ ਨੇ ਫੰਡ ਵੀ ਇਕੱਠੇ ਕੀਤੇ ਸੀ 5-500 ਰੁਪਿਆ ਦੁਕਾਨਦਾਰ ਦੇ ਕਹਦੇ ਮੈਂਬਰ ਬਣੇ ਸੀ 100 ਰੁਪਏ ਦਾ ਗੰਨਾ ਦੇਣ ਮਗਰ 2 ਰੁਪਏ ਕਿਸਾਨ ਇਹਦੇ ਵਿੱਚ ਹਿੱਸਾ ਪਾਉਂਦੇ ਸੀ ਤੇ ਇਹਨਾਂ ਨੇ ਕਿਹਾ ਸੀ ਵੀ ਜਦੋਂ ਮਿਲ ਕਾਮਯਾਬ ਹੋ ਜੂਗੀ ਅਸੀਂ ਤੁਹਾਨੂੰ ਹਿੱਸਾ ਦਵਾਂਗੇ ਸ਼ੇਅਰ ਦੇ ਮੰਗੇ ਪ੍ਰੋਫਿਟ ਤੇ ਜਦੋਂ ਇੱਥੇ ਵਿਕਰਮ ਸਿੰਘ ਸੀਗੇ ਜੀਐਮ ਉਦੋਂ ਇੱਕ ਵਾਰੀ ਉਹਨਾਂ ਨੇ ਪ੍ਰੋਫਿਟ ਵੰਡਿਆ ਵੀ ਹੈ ਤੇ ਮਿਲ ਮੁਨਾਫੇ ਵਿੱਚ ਜਾ ਰਹੀ ਸੀ 2003 ਦੀ ਫਾਈਨੈਂਸ਼ੀਅਲ ਰਿਪੋਰਟ ਵਿੱਚ ਇਹ ਕਿਹਾ ਗਿਆ ਉਹਨਾਂ ਨੇ ਵੀ ਸਵਾ ਪੰਜ ਲੱਖ ਤੋਂ ਵੀ ਥੋੜੀ ਜਿਹੀ ਵੱਧ ਖੰਡ ਦੀਆਂ ਬੋਰੀਆਂ ਪਈਆਂ ਤੇ ਸਾਡੇ ਕੋਲ ਸਟੋਰਿੰਗ ਕੈਪੈਸਿਟੀ ਹੈ ਨਹੀਂਗੀ ਤੇ ਅਸੀਂ ਇਸ ਲਈ ਬਾਹਰ ਗੋਦਾਮ ਲਿਆ ਤੇ ਉਹਦੀ ਐਸਕੀਮਤ ਮੁਤਾਬਕ ਸਾਨੂੰ ਸਵਾ ਤੋਂ ਡੇਢ ਕਰੋੜ ਦੇ ਵਿਚਾਲੇ ਦੀ ਰਕਮ ਹੈ ਵੀ ਜਿਹੜਾ ਸਾਨੂੰ ਕਿਰਾਏ ਦੇ ਵਜੋਂ ਪਰਦਾ ਪੈ ਰਿਹਾ ਤੇ ਇਸ ਕਰਕੇ ਖੰਡ ਜਲਦੀ ਚੁਕਵਾਈ ਜਾਵੇ ਇਹ ਯਾਨੀ ਤੇ 2004 ਦੇ ਵਿੱਚ ਇਹਦੀ ਅਖਬਾਰਾਂ ਵਿੱਚ ਖਬਰ ਛਪੀ ਸੀ ਵੀ ਇਹਨੇ ਇਹਦਾ 13 ਗੁਣਾ ਵੱਧ ਪ੍ਰੋਕਿਊਰਮੈਂਟ ਹੈ। ਇਸ ਮਿਲਦੀ ਤੇ 2006 ਦੇ ਵਿੱਚ ਇਹਨਾਂ ਨੇ ਬੰਦ ਕਰਤੀ ਕਿ ਜੀ ਇਹ ਫੇਲ ਹੋ ਗਈ ਤੇ ਘਾਟੇ ਵਿੱਚ ਜਾ ਰਹੀ ਹੈ। ਤਾਂ ਅਸੀਂ ਇਹ ਹਰਾਨਾ ਕਿ ਜੇ 2004 ਵਿੱਚ ਇਹ 13 ਗੁਣਾ ਕੰਮ ਕਰ ਰਹੀ ਸੀ ਤੇ ਇਹਦੇ ਕੋਲ 5 ਲੱਖ ਬੋਰੀਆਂ ਪਈਆਂ ਸਿਗੀਆਂ ਐਕਸਟਰਾ ਤੇ ਇਹ ਕਿਰਾਏ ਤੇ ਗੋਦਾਮ ਲੈ ਰਹੀ ਸੀ ਤੇ ਇਹ 2006 'ਚ ਫੇਲ ਕਿਵੇਂ ਹੋ ਗਈ? ਤਾਂ ਇਹਦੇ ਜਿਹੜੇ ਆਖਰੀ ਜੀਐਮਏ ਪ੍ਰਤਾਪ ਸਿੰਘ ਉਹਨਾਂ ਦੇ ਵੇਲੇ ਮਿਸਮੈਨੇਜਮੈਂਟ ਬਹੁਤ ਚੱਲੀ। ਉਥੇ ਕ腐ਪਸ਼ਨ ਵੀ ਬਹੁਤ ਹੋਈ ਤੇ ਉਸ ਕ腐ਪਸ਼ਨ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਉਹ ਮੌਕੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਤਾਂ ਇਹ ਹੁਣ ਕਹਿੰਦੇ ਸੀਗੇ ਕਿ ਜੀ ਇਹ ਮਸ਼ੀਨਰੀ ਖਰਾਬ ਹੋ ਗਈ ਤਾਂ ਸਾਨੂੰ ਜਿਹੜੇ ਅੰਦਰ ਬੰਦੇ ਕੰਮ ਕਰਦੇ ਸੀ ਉਹਨਾਂ ਨੇ ਦੱਸਿਆ ਵੀ ਨਹੀਂ ਮਸ਼ੀਨਰੀ ਇਹ ਦੀ ਵਧੀਆ ਪਈ ਹੈ ਤੇ ਇਹ ਨਵੀਂ ਟੈਕਨੋਲੋਜੀ ਦੀ ਹੈ ਤਾਂ ਅਸੀਂ ਸ਼ਹਿਰ ਵਾਸੀਆਂ ਨੇ ਇੱਕ 슈ਗਰ ਮਿਲ ਬਚਾਓ ਸੰਘਰਸ਼ ਕਮੇਟੀ ਬਣਾਈ ਉਹਦੇ ਵਿੱਚੋਂ ਅਸੀਂ ਇੱਕ ਰਿਪੋਰਟ ਤਿਆਰ ਕਰਨ ਵਾਸਤੇ ਮੇਰੀ ਡਿਊਟੀ ਲੱਗੀ ਮੈਂ ਡਾਕਟਰ ਜੀਵਨ ਜੋਤਾ ਪੇਸ਼ੇਵਰੋਂ ਮੈਂ ਡਾਕਟਰਾਂ ਤੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਮੈਂ ਚੁਣੇ ਦਾ ਬੰਦਿਆਂ ਨੂੰ ਨਾਲ ਲੈ ਕੇ ਇਹਦਾ ਸਰਵੇ ਕਰਾਂ ਤਾਂ ਉਸ ਦੇ ਵਿੱਚ ਮੈਂ ਇੱਕ ਜਿਹੜੇ ਇੱਥੇ ਸਾਡੇ ਇੰਜੀਨੀਅਰ ਲਾਲ ਸਿੰਘ ਕਲਸੀ ਮਿਲ ਵਿੱਚ ਕੰਮ ਕਰਦੇ ਸੀ ਉਹ ਸ਼ੁਰੂ ਤੋਂ ਲੈ ਕੇ 2004 ਚ ਰਿਟਾਇਰ ਹੋਏ ਉਹਨਾਂ ਨੂੰ ਅਸੀਂ ਕਮੇਟੀ ਵਿੱਚ ਲਿਆ ਸਰਵਨ ਸਿੰਘ ਸਰਾ ਜਿਨ੍ਹਾਂ ਨੇ ਆਪਦੀ 21 ਏਕੜ ਜ਼ਮੀਨ 25 ਰੁਪਏ ਗੱਜ ਦੇ ਭਾਅ ਨਾਲ ਦਿੱਤੀ ਸੀ ਤੇ ਉਹਨਾਂ ਨੇ ਆਪਦੇ ਪਰਿਵਾਰ ਵਾਸਤੇ ਬਦਲਵੀਂ ਜ਼ਮੀਨ ਮੰਗੀ ਸੀ ਜੋ ਸਰਕਾਰ ਨੇ ਉਸ ਵੇਲੇ ਉਹਨਾਂ ਨੂੰ ਨਹੀਂ ਦਿੱਤੀ ਮੈਡਮ ਗੁਰਸ਼ਰਨ ਕੌਰ ਜਿਹੜੇ ਦੀਪ ਸਿੰਘ ਵਾਲਾ ਪਿੰਡ ਨੂੰ ਬਿਲੋਂਗ ਕਰਦੇ ਆ ਤੇ ਉਧਰ ਗੰਨਾ ਬਹੁਤ ਹੁੰਦਾ ਤੇ ਉਹ ਗੰਨਾ ਉਧਰ ਭੇਜਦੇ ਹੁੰਦੇ ਸੀ ਕਿਸਾਨ ਕਰਨ ਲੜਕਾ ਜਿਹੜਾ ਇੱਕ ਪੜਾਈ ਕਰ ਰਿਹਾ ਕਾਨੂੰਨ ਦੀ ਤੇ ਉਸ ਨੇ ਸਾਨੂੰ ਕੰਪਨੀ ਐਕਟ ਬਾਰੇ ਜਾਣਕਾਰੀ ਦਿੱਤੀ ਸਰਦੂਲ ਸਿੰਘ ਕਿਸਾਨ ਜਿਹੜੇ ਕਿਸਾਨ ਯੂਨੀਅਨ ਵਿੱਚ ਵੀ ਸਰਗਰਮ ਹੈ ਤੇ ਉਹ ਚਾਹੁੰਦੇ ਆ ਕਿ ਬਦਲਵੀਂ ਖੇਤੀ ਹੋਣੀ ਚਾਹੀਦੀ ਹੈ ਤੇ ਸਾਡਾ ਪਾਣੀ ਸੁਟ ਜਾਇਆ ਨਹੀਂ ਹੋਣਾ ਚਾਹੀਦਾ ਤੇ ਮੈਂ ਪੰਜਾਬ ਮੰਚ ਨਾਲ ਵੀ ਰਿਲੇਟਡ ਆ ਤੇ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਆ ਕਿ ਸਾਡੇ ਪੰਜਾਬ ਦਾ ਪਾਣੀ ਡੂੰਗਾ ਜਾ ਰਿਹਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਸੀਂ ਦੇ ਵਿੱਚ ਇਹ ਆਇਆ ਵੀ ਮਸ਼ੀਨਰੀ ਅੰਦਰ ਬਹੁਤ ਵਧਿਆ ਪਈ ਹੈ ਤੇ ਜਿਹੜੀਆਂ ਪਲੇਟਾਂ ਜਾਂ ਉਹਦੇ ਪਾਈਪਸ ਹੁੰਦੀਆਂ ਉਹ ਹਰ ਸਾਲ ਹੀ ਬਦਲਦੇ ਆ ਤਾਂ ਇਹ ਕਹਿੰਦੇ ਆ ਵੀ ਜੀ ਪਾਈਪਸ ਤੇ ਪਲੇਟਾਂ ਗਲ ਗਈਆਂ ਤਾਂ ਸਾਨੂੰ ਇੰਜੀਨੀਅਰ ਲਾਲ ਸਿੰਘ ਕਲਸੀ ਨੇ ਦੱਸਿਆ ਕਿ ਹਰ ਸਾਲ ਮਿਲ ਜਦੋਂ ਬੰਦ ਹੋ ਜਾਂਦੀ ਹੈ ਤੇ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਉਹਦੀ ਓਵਰਹਾਲਿੰਗ ਹੁੰਦੀ ਹੈ ਤੇ ਉਹਨੂੰ ਖੋਲ ਕੇ ਸਾਫ਼ ਕੀਤਾ ਜਾਂਦਾ ਹੈ ਤੇ ਪਲੇਟਾਂ ਤੇ ਪਾਈਪਾਂ ਬਦਲੀਆਂ ਜਾਂਦੀਆਂ ਤੇ ਇਹ 2-3 ਕਰੋੜ ਦਾ ਖਰਚਾ ਹੈ ਤੇ ਜਿਹੜਾ ਇਹ 15 ਕਰੋੜ ਦੇ ਠੇਕੇ ਦਾ ਦੇ ਰਿਆ ਜੇ ਉਹ ਇਹ ਠੇਕਾ ਰੋਕ ਦਿੰਦੇ ਆ ਤਾਂ ਜੇ ਅਸੀਂ ਹੋਰ ਵੀ ਥੋੜੀ ਟੁੱਟਪੱਟ ਗਿਣ ਲਈਏ ਪੁਰਾਣੀ ਪਾਈਦੀ ਤਾਂ ਵੀ 3 ਸਾਲ ਉਸ ਪੈਸੇ ਨਾਲ ਮਿਲਦੀ ਮੇਨਟੇਨੈਂਸ ਹੋ ਸਕਦੀ ਹੈ ਦੂਸਰੀ ਗੱਲ ਜਿਹੜੀ ਪਤਾ ਲੱਗੀ ਉਹ ਇਹ ਲੱਗੀ ਕਿ ਇਹਨਾਂ ਨੇ ਉਸ ਮਿਲ ਨੂੰ ਬੰਦ ਕਰਨ ਲੱਗੇ ਹਿੱਸੇਦਾਰਾਂ ਦੇ ਨਾਲ ਕੋਈ ਸਲਾਮ ਮਸ਼ਵਰਾ ਨਹੀਂ ਕੀਤਾ ਨਾ ਤਾਂ ਜਿਨ੍ਹਾਂ ਨੇ ਜ਼ਮੀਨ ਦਿੱਤੀ ਉਹਨਾਂ ਨਾਲ ਤੇ ਨਾ ਹੀ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਨਾਲ ਫਿਰ ਇਹ ਵੀ ਪਤਾ ਲੱਗਿਆ ਵੀ ਭੋਗਪੁਰ ਦੀ ਮਿਲ ਦੇ ਹਿੱਸੇਦਾਰਾਂ ਨਾਲ ਵੀ ਗੱਲ ਹੋਣੀ ਸੀ ਉਹਨਾਂ ਨੇ ਕਾਨੂੰਨ ਦੇ ਪੱਖੋਂ ਵੇਖਣਾ ਸੀ ਵੀ ਸਾਡੇ ਕੋਲ ਮਿਲ ਆਈ ਹੈ ਅਸੀਂ ਲੈਣੀ ਹੈ ਕਿ ਨਹੀਂ ਲੈਣੀ ਉਹਨਾਂ ਦੀ ਵੀ ਕੋਈ ਮੀਟਿੰਗ ਨਹੀਂ ਹੋਈ ਚੌਥੀ ਗੱਲ ਜਿਹੜੀ ਸਾਨੂੰ ਪਤਾ ਲੱਗੀ ਹੋਏ ਸੀ ਕਿ ਇਹਨਾਂ ਨੇ ਕੋਈ ਵੀ ਕਾਨੂੰਨੀ ਨੋਟਿਸ ਕਿਸੇ ਵੀ ਹਿੱਸੇਦਾਰ ਨੂੰ ਨਹੀਂ ਭੇਜਿਆ ਤੇ ਪੰਜਵੀਂ ਗੱਲ ਸਾਨੂੰ ਜਿਹੜੀ ਪਤਾ ਲੱਗੀ ਹੋਈ ਸੀ ਕਿ ਇਹ ਜ਼ਮੀਨ ਨੂੰ ਚੁੱਪਚਾਪ ਪੁੱਡਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਪੁੱਡਾ ਨੇ ਇਸ ਤੇ ਪਲਾਟ ਵੀ ਕੱਟ ਦਿੱਤੇ ਤੇ ਸਾਡੇ ਸ਼ਹਿਰ ਵਿੱਚ ਜਿੰਨਾਂ ਲੋਕਾਂ ਨੇ ਪਲਾਟ ਲਏ ਉਹ ਵਿਚਾਰੇ ਆਪਦਾ ਪੈਸਾ ਫਸਾ ਕੇ ਬੈਠੇ ਆ ਤੇ ਹੁਣ ਉਹ ਪੁੱਡਾ ਵਾਪਸ ਵੀ ਨਹੀਂ ਕਰ ਰਿਹਾ ਤੇ ਉਹਨਾਂ ਨੂੰ ਕਬਜ਼ਾ ਵੀ ਨਹੀਂ ਮਿਲ ਰਿਹਾ ਕਿਉਂਕਿ ਜਦੋਂ ਵੀ ਇਹ ਉੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕਰਦੇ ਆ ਸ਼ਹਿਰ ਵਾਲੇ ਇਸ ਦਾ ਵਿਰੋਧ ਕਰਦੇ ਆ ਤਾਂ ਸ਼ਹਿਰ ਵਾਲਿਆਂ ਦੇ ਵਿਰੋਧ ਕਰ ਲੈਣਾ ਮਾਮਲਾ ਡਿਲੇ ਤਾਂ ਜ਼ਰੂਰ ਹੋਇਆ ਹੈ ਪਰ ਇਹ ਇੰਨੀ ਮੋਟੀ ਚਮੜੀ ਵਾਲੇ ਨੇਤਾ ਹੈਗੇ ਆ ਕਿ ਕੋਈ ਵੀ ਉਸ ਨੀਤੀ ਨੂੰ ਬਦਲਣ ਨੂੰ ਤਿਆਰ ਨਹੀਂ ਹੈਗਾ ਤਾਂ 2014 ਦੇ ਵਿੱਚ 11 6 2014 ਨੂੰ ਸੁਖਬੀਤ ਸਿੰਘ ਬਦਲ ਦੀ ਸਰਕਾਰ ਸੀ ਉਸ ਵੇਲੇ ਤਾਂ ਇਹਨਾਂ ਨੇ ਉਦੋਂ ਇੱਕ ਫੈਸਲਾ ਕਰਤਾ ਵੀ ਇਸਦੀ ਜਿਹੜੀ ਮਸ਼ੀਨਰੀ ਹੈ ਉਹ ਚੱਕ ਕੇ ਭਗਪੁਰ ਭੇਜੀ ਜਾਵੇ ਤੇ ਉਦੋਂ ਵੀ ਇੱਥੇ ਤਰਨਾ ਲੱਗਿਆ ਸੀ ਤੇ ਉਦੋਂ ਪ੍ਰੋਫੈਸਰ ਸਾਧੂ ਸਿੰਘ ਨੇ ਵੀ ਇਸ ਤਰ੍ਹਾਂ ਨੇ ਵੀ ਚ ਭਾਗ ਲਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਉਹ ਲਿਖ ਕੇ ਭੇਜਿਆ ਹੀ ਜਾਂ ਨਹੀਂ ਭੇਜਿਆ ਮੈਂ ਨਹੀਂ ਜਾਣਦੀ ਜਾ ਉਹਨਾਂ ਨੇ ਸੰਸਦ ਵਿੱਚ ਮੁੱਦਾ ਚੱਕਿਆ ਜਾਂ ਨਹੀਂ ਚੱਕਿਆ ਵਸੇ ਅਸੀਂ ਉਹਨਾਂ ਤੋਂ ਮੰਗ ਕੀਤੀ ਸੀ ਵੀ ਤੁਸੀਂ ਇਹ ਮੁੱਦਾ ਸੰਸਦ ਵਿੱਚ ਉਠਾਓ ਖੰਡ ਮਿਲਵਾਲਾ ਫਿਰ ਉਸ ਤੋਂ ਬਾਅਦ ਅਸੀਂ ਮਤਲਬ ਜਦੋਂ ਵੀ ਇਹ ਮਸ਼ੀਨਰੀ ਲਾਈਨ ਆਉਂਦੇ ਆ ਉਦੋਂ ਹੀ ਲੋਕਾਂ ਦਾ ਉੱਥੇ ਧਰਨਾ ਲੱਗ ਜਾਂਦਾ ਤੇ ਫਿਰ ਇਹ ਰੁਕ ਜਾਂਦੇ ਆ ਹੁਣ ਫਿਰ ਉਹੀ ਹੋਇਆ ਵੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਮਸ਼ੀਨਰੀ ਖੋਲ ਲਈ ਤੇ ਚਾਰ ਟਰੱਕ ਭਰ ਕੇ ਲੱਗੇ ਤਾਂ ਅਸੀਂ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਅਸੀਂ ਕੁਸ਼ਲਦੀਪ ਢਿੱਲ ਨੂੰ ਸੱਦਿਆ ਹਾਂਜੀ ਤਾਂ ਉਹਨੇ ਕਿਹਾ ਕਿ ਜੀ ਮੈਂ ਤਾਂ ਮਤਲਬ ਨਾ ਸਗੋਂ ਇਸ ਨੂੰ ਉਸ ਕਮੇਟੀ ਵਿੱਚ ਪੁਆਇਆ ਹੈ ਜਿਹੜੀ ਕਮੇਟੀ ਇਸ ਨੂੰ ਸ਼ੁਰੂ ਕਰੂਗੀ ਮਿਲ ਤੇ ਅਸੀਂ ਕਿਹਾ ਵੀ ਜੇ ਤੁਸੀਂ ਸ਼ੁਰੂ ਕਰਵਾਉਣ ਵਾਸਤੇ ਪੁਆਇਆ ਹੈ ਤੇ ਇਹਦਾ ਸਰਵੇ ਹੋਣਾ ਹੈ ਤਾਂ ਫਿਰ ਜਿਉਂ ਮਸ਼ੀਨਰੀ ਚੱਕ ਕੇ ਲੈ ਜਾਣਗੇ ਤਾਂ ਸਰਵੇਗਾ ਦਾ ਕਰ ਵੀ ਇਹ ਤਾਂ ਗੱਲ ਸਹੀ ਨਹੀਂ ਹੈਗੀ ਤਾਂ ਤੁਸੀਂ ਰੁਕਵਾਓ ਤਾਂ ਉਹਨਾਂ ਨੇ ਸਾਫ਼ ਮਨਾਂ ਕਰਤਾ ਕਹਿੰਦੇ ਵੀ ਮੈਂ ਮਸ਼ੀਨਰੀ ਚ ਕੁਮਾਉਣ ਦੇ ਆਰਡਰ ਵਿੱਚ ਮੈਂ ਵੀ ਗਣ ਨਹੀਂ ਪਾ ਤਾਂ ਫਿਰ ਉਹਦੇ ਵਿੱਚ ਤਾਂ ਸਾਨੂੰ ਇਹ ਲੱਗਦਾ ਵੀ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨਹਕ ਉਸ ਦਾ ਕਾਲੀਆਂ ਬਾਹਰ ਚਿੱਤੀਆਂ ਹੁਣ ਦੂਸਰੀ ਜਿਹੜੀ ਗੱਲ ਸੀਗੀ ਉਹ ਸੀ ਫਿਰ ਅਸੀਂ ਕੈਪਟਨ ਅਮਨਿੰਦਰ ਸਿੰਘ ਨੂੰ ਭੇਜਤੀ ਮੇਲ ਉਹ ਅਸਾਹ ਕਰਤਾ ਮੰਤਰਾਲਾ ਵੀ ਉਹਨਾਂ ਕੋਲ ਉਸ ਤੋਂ ਬਾਅਦ ਅਸੀਂ 슈ਗਰ ਫੈਕ ਦੇ ਜਿਹੜੇ ਡੀਪੀ ਰਾਡੀ ਸਾਹਿਬ ਹੈ ਉਹਨਾਂ ਨੂੰ ਵੀ ਅਸੀਂ ਮੇਲ ਭੇਜਤੀ ਤੇ ਹੁਣ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਕਿਉਂਕਿ ਤੁਸੀਂ ਕੰਪਨੀ ਐਕਟ 1961 ਦੀ ਤੋਂ ਰੱਤ ਤੇਰਾ ਮੁਤਾਬਕ ਕੰਮ ਨਹੀਂ ਕੀਤਾ ਤੁਸੀਂ ਹਿੱਸੇਦਾਰਾਂ ਦੀ ਮੀਟਿੰਗ ਨਹੀਂ ਕਰਾਈ ਤੁਸੀਂ 2/3 ਮੈਜੋਰਟੀ ਨਾਲ ਫੈਸਲਾ ਨਹੀਂ ਕੀਤਾ ਤੁਸੀਂ ਉਹਨਾਂ ਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਦਿੱਤਾ ਤੁਸੀਂ ਪੁੱਡਾ ਨੂੰ ਜ਼ਮੀਨ ਨਹੀਂ ਦੇ ਸਕਦੇ ਕਿਉਂਕਿ ਇਹ ਮਿਲ ਲਈ ਜ਼ਮੀਨ ਖਰੀਦੀ ਗਈ ਸੀ ਤੇ ਮਿਲ ਬੰਦ ਹੋਣ ਉਪਰੰਤ ਮਿਲ ਦੇ ਵਾਰਸਾਂ ਉਹਨਾਂ ਨੂੰ ਹੀ ਵਾਪਸ ਕੀਤੀ ਜਾਣੀ ਚਾਹੀਦੀ ਸੀ ਤਾਂ ਇਹ ਨਾ ਹੀ ਪੋਕ ਬੁਲਦੀ ਮਿਲ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਹੈ ਵੀ ਉਹਨਾਂ ਦੀ ਮੀਟਿੰਗ ਹੋਈ ਹੈ ਤਾਂ ਇਹ ਸਾਰਾ ਕੁਝ ਗੈਰਕਾਨੂੰਨੀ ਹੈ ਤੇ ਗੈਰਕਾਨੂੰਨੀ ਹੋਣ ਕਰਕੇ ਤੁਸੀਂ ਇਸ ਨੂੰ ਇੱਥੋਂ ਨਾ ਚੱਕੋ ਤੇ ਇਸ ਮੇਲ ਨੂੰ ਇੱਥੇ ਚੱਲ ਸਾਡੀ ਮੰਗ ਹੈ ਉਹ ਜੇ ਤੁਸੀਂ ਇਸ ਸਮਾਨ ਨੂੰ ਚੱਕਦੇ ਹੋ ਤਾਂ ਇਹ ਚੋਰੀ ਸਮਝੀ ਜਾਊ ਤੇ ਕਾਨੂੰਨੀ ਕਾਰਵਾਈ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਇਹ ਅਸੀਂ ਸ਼ੂਗਰ ਫੈਡ ਨੂੰ ਵੀ ਲਿਖ ਕੇ ਮੇਲ ਪਾ ਦਿੱਤੀ ਹੈ ਤਾਂ ਅੱਜ ਮੈਂ ਇੱਧਰ ਆਉਣਾ ਸੀ ਤਾ ਉੱਥੇ ਸਾਡੀ ਪਿੱਛੇ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਹੋਰ ਵੀ ਆਸ-ਪਾਸ ਦੇ ਇਲਾਕੇ ਤੋਂ ਵੀ ਲੋਕ ਰਲ ਕੇ ਅਸੀਂ ਕਿਸੰਗਸ਼ ਕਮੇਟੀ ਬਣਾਉਣੀ ਹੈ ਉਹਦੇ ਸੰਬੰਧ ਵਿੱਚ ਇੱਕ ਤਰਨਾਸੀ 12 ਤਰੀਕ ਨੂੰ ਦੇ ਚੁੱਕੇ ਹਾਂ ਉਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਵੀ ਸ਼ਾਮਲ ਹੋਏ ਸੀ ਤੇ ਅਸੀਂ ਦਸਤੀ ਰੂਪ ਚ ਆਪਣੀ ਇਹ ਰਿਪੋਰਟ ਦੀ ਕਾਪੀ ਉਹਨਾਂ ਨੂੰ ਸੌਂਪੀ ਸੀ ਦੋ ਤਿੰਨ ਹੋਰ ਇਸ ਬਾਰੇ ਗੱਲਾਂ ਹੈ ਕਿ ਇਹ ਮਿਲ ਦੇ ਵਿੱਚ ਤਕਨੀਕ ਹੈ ਜਿਹੜੀ ਉਹ ਨਵੀਂ ਹੈ ਇਹ ਕਹਿੰਦੇ ਵੀ ਉਹ ਪੁਰਾਣੀ ਹੋ ਗਈ ਨਹੀਂ ਉਹਦੇ ਵਿੱਚ ਇੱਥੇ ਨਾਲ ਦੀ ਨਾਲ ਬਿਜਲੀ ਜਿਹੜਾ ਇਹਦੇ ਵਿੱਚੋਂ ਉਹ ਨਿਕਲਦੇ ਆ ਸਮਾਨ ਹੋਰ ਜਿਹੜਾ ਉਹਨਾਂ ਕਹਿੰਦੇ ਆ ਬਗਾਸ ਪ੍ਰੈਸ ਮਡ ਵਗੈਰਾ ਉਹ ਜਿਹੜੀਆਂ ਚੀਜ਼ਾਂ ਉਹ ਬਗਾਸ ਨਾਲ ਹੀ ਇਹ ਦੋ ਬੋਇਲਰ ਚਲਾਉਂਦੇ ਆ ਉਹ ਬੋਇਲਰ ਦੇ ਨਾਲ ਟਰਬਾਈਨਸ ਚੱਲਦੀਆਂ ਤੇ ਖੰਡ ਦੇ ਨਾਲ ਨਾਲ ਹੀ ਬਿਜਲੀ ਪੈਦਾ ਹੋ ਜਾਂਦੀ ਹੈ 5 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਪੂਰੀ 슈ਗਰ ਮਿਲ ਦੀ ਕੰਜ਼ਮਪਸ਼ਨ 4 ਮੈਗਾਵਾਟ ਹੈ ਤੇ ਇਹ ਬਿਜਲੀ ਦੀ ਕੀਮਤ 75 ਲੱਖ ਤੋਂ 1 ਕਰੋੜ ਰੁਪਏ ਬਣਦੀ ਹੈ ਜਿਹੜਾ ਕਿ ਉਹਨਾਂ ਨੂੰ ਭਰਨਾ ਨਹੀਂ ਪੈਂਦਾ ਤੇ ਬਾਕੀ ਦੀ 1 ਕਰੋੜ ਬਚੀ ਉਹ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਨੂੰ ਵੇਚਦੇ ਸੀ ਅ ਤੇ ਇਹਦੇ ਨਾਲ ਮਿੱਲ ਦੇ ਅੰਦਰ ਤੇ ਬਾਹਰ ਜਿਹੜੀ ਟੈਂਪਰੇਰੀ ਲੇਬਰ ਹੁੰਦੀ ਹੈ 8 ਤੋਂ 10000 ਲੋਕਾਂ ਨੂੰ ਰੋਜ਼ਗਾਰ ਮਿਲਦਾ ਵੀ ਕਿਸੇ ਨੇ ਗੰਨਾ ਲੱਦਿਆ ਕਿਸੇ ਨੇ ਲਾਇਆ ਕੋਈ ਉਥੇ ਚਾਵਲ ਆਇਆ ਕੋਈ ਰੇੜੀ ਵਾਲਾ ਆਇਆ ਕੋਈ ਲੱਦਣ ਆਇਆ ਕੋਈ ਚਿ ਲੈਣ ਆਇਆ ਖੰਡ ਚੱਕਣ ਆਏ ਵਪਾਰੀ ਹੈ ਤਾਂ ਇਸ ਤੋਂ ਬਾਅਦ ਅਸੀਂ ਜਦੋਂ ਹੋਰ ਪੜਤਾਲ ਕੀਤੀ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਅਖੀਰਲੇ 2 ਸਾਲਾਂ ਦੇ ਵਿੱਚ ਇੱਥੇ ਕ腐ਸ਼ਨ ਬਹੁਤ ਵੱਧ ਗਈ ਸੀ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਕਰਨ ਦੇ باوجود ਵੀ ਪ੍ਰਸ਼ਾਸਨ ਨੇ ਉਸ ਕ腐ਸ਼ਨ ਨੂੰ ਨੱਥ ਨਹੀਂ ਪਾਈ ਤੋ ਕਾਫੀ ਦੁਖੀ ਹੋ ਗਏ ਉਹਨਾਂ ਨੇ ਦੱਸਿਆ ਵੀ ਸਾਡੀਆਂ ਟਰਾਲੀਆਂ ਸਮੇਸਿਲ ਨਹੀਂ ਸੀ ਲਾਉਂਦੇ ਸਾਨੂੰ ਪੈਸੇ ਨਹੀਂ ਸੀ ਸਮੇਸਿਲ ਦਿੰਦੇ ਤੇ ਸਾਡੇ ਟਰੱਕਾਂ ਤੇ ਕਟ ਲਾ ਲੈਂਦੇ ਸੀ ਤਾਂ ਅਸੀਂ ਫਿਰ ਇਹਨਾਂ ਨੂੰ ਪੁੱਛਿਆ ਮਿਲ ਵਾਲਿਆਂ ਨੂੰ ਤਾਂ ਉਹਨਾਂ ਨੇ ਕਿਹਾ ਵੀ ਜੀ ਕਟੋਦੋਂ ਲੱਗਦੀ ਜਦੋਂ ਇਹ ਗੰਨਾ ਸਾਫ਼ ਕਰਕੇ ਨਹੀਂ ਸੀ ਲਿਆਉਂਦੇ ਜਾਂ ਇਹ ਆਕਲੇ ਆਉਂਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਜੀ ਜਿਹੜੀ ਉਹ ਹੁੰਦੀ ਸੀ ਆਕ ਹੁੰਦੀ ਸੀ ਉਹਦੇ ਸਾਨੂੰ ਇਤਰਾਜ਼ ਨਹੀਂ ਸੀ ਹੁੰਦਾ ਜਿੱਦੋਂ ਕਰਾਪਸ਼ਨ ਵਧਿਆ ਉਦੋਂ ਸਾਡਾ ਹਜ਼ਾਰ-ਹਜ਼ਾਰ ਰੁਪਈਆ ਟਰਾਲੀ ਦਾ ਕੱਟਣ ਲੱਗ ਗਿਆ ਕਦੇ-ਕਦੇ 2000 ਵੀ ਕੱਟ ਲੈਂਦੇ ਸੀ ਟਰਾਲੀ ਮਗਰ ਤਾਂ ਫਿਰ ਸਾਡੇ ਪੱਲੇ ਕੁਝ ਬਚਦਾ ਨਹੀਂ ਤਾਂ ਅ ਕੈਪਟਨ ਸਾਹਿਬ ਨੇ ਜਿਹੜੀ ਸਾਡੀ ਈਮੇਲ ਗਈ ਹੈ ਉਹ ਸੁਪਰਡਿੰਟੈਂਡੈਂਟ ਗੁਰਪ੍ਰੀਤ ਸਿੰਘ ਨੂੰ ਮਾਰਕ ਕੀਤੀ ਹੈ ਕਿ ਕਾਨੂੰਨਾਂ ਦੇ ਮੁਤਾਬਕ ਇਸ ਨੂੰ ਦੇਖਿਆ ਜਾਵੇ ਸ਼ੂਗਰ ਫੈਕਟ ਨੂੰ ਅਸੀਂ ਈਮੈਲ ਪਾਈ ਹੈ ਅਸੀਂ ਉਹਨਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ ਤੇ ਅਸੀਂ ਇਹ ਵੇਖਾਂਗੇ ਵੀ ਇਹ ਦੁਬਾਰਾ ਉੱਥੇ ਕੋਈ ਛੇੜਖਾਨੀ ਨਾ ਕਰਨ ਤੇ ਦੁਬਾਰਾ ਕੋਈ ਚੀਜ਼ ਨਾ ਚੱਕਲ ਜਾਣ ਉੱਥੋਂ ਤੇ ਜਿਹੜੀ ਅੱਜ ਦੀ ਮੀਟਿੰਗ ਹੈ ਉਸ ਵਿੱਚ ਬਾਕੀ ਫੈਸਲਾ ਹੋਊਗਾ ਵੀ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਜਿਸ ਵਿੱਚ ਮੈਂ ਅੱਜ ਸ਼ਾਮਲ ਨਹੀਂ ਸੀ ਇਸ ਕਰਕੇ ਉਹਦੇ ਬਾਰੇ ਪਰ ਇਹ ਸੰਘਰਸ਼ ਜਾਰੀ ਰਹੂਗਾ ਕਿ ਇਹਨੂੰ ਮਿਲ ਨੂੰ ਜਾਣ ਨਹੀਂ ਦੇਵਾਂਗੇ ਸਾਡੇ ਖੂਨ ਪਸੀਨੇ ਨਾਲ ਬਣਾਈ ਹੋਈ ਮਿਲ ਹੈ ਸਾਡਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਧਰਤੀ ਬਰਬਾਦ ਹੋ ਰਹੀ ਹੈ ਤੇ ਗੰਨਾ ਘੱਟ ਪਾਣੀ ਨਾਲ ਉਗਦਾ ਤੇ ਇਹ ਪੋਲੂਸ਼ਨ ਵੀ ਨਹੀਂ ਕਰਦਾ ਤੇ ਇਹ ਸਾਡੀ ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਵੀ ਇਹਨੂੰ ਤੁਸੀਂ ਧਿਆਨ ਨਾਲ ਸਾਡੀ ਰਿਪੋਰਟ ਨੂੰ ਪੜੋ ਜਿਹੜੀ ਪਹਿਲੀ ਰਿਪੋਰਟ ਹੈ ਉਸ ਦੇ ਵਿੱਚ ਜੀਐਮ ਨੇ ਲਿਖਿਆ ਸੀ ਕਿ ਇੱਥੇ ਗੰਨਾ ਨਹੀਂ ਹੁੰਦਾ ਤੇ ਅਸੀਂ ਤੁਹਾਨੂੰ ਸਬੂਤ ਪੇਸ਼ ਕਰ ਸਕਦੇ ਹਾਂ ਵੀ ਗੰਨਾ ਲੋਕਾਂ ਨੇ ਖੜਾ ਖੇਤਾਂ ਦੇ ਵਿੱਚ ਸਾੜਿਆ ਤੇ ਹੁਣ ਜੇ ਗੰਨਾ ਨਹੀਂ ਹੈਗਾ ਤਾਂ ਇਸ ਕਰਕੇ ਨਹੀਂ ਹੈਗਾ ਕਿ ਮਿਲ ਬੰਦ ਹੋ ਗਈ ਹੈ ਤੇ ਜ ਲੋਕ ਗੱਨਾਂ ਭੀਜਣਗੇ ਤੇ ਅਕਤੂਬਰ ਵਿੱਚ ਮਿਲ ਸ਼ੁਰੂ ਹੋ ਸਕਦੀ ਹੈ ਸੋ ਕੈਪਟਨ ਅਮਰਿੰਦਰ ਸਿੰਘ ਜੀ ਮੇਰੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਹ ਮਿਲ ਚਾਲੂ ਕਰਨ ਦੇ ਆਰਡਰ ਛੇਤੀ ਤੋਂ ਛੇਤੀ ਦੇ ਦਿਓ ਤਾਂ ਕਿ ਐਸੇ ਸੀਜ਼ਨ ਸਾਡੀ ਮਿਲ ਸ਼ੁਰੂ ਹੋ ਸਕੇ ਤੇ ਮਸ਼ੀਨਰੀ ਸ਼ਿਫਟ ਕਰਨੀ ਬੰਦ ਕਰਵਾਓ ਸ਼ੁਕਰੀਆ